तो हैलो गाइस, सत श्री अकाल सारे नूं। किदां तुसीं सारे, उम्मीद है सारे वधिया होंगे। तो अज दा व्लॉग असीं स्टार्ट करदे हां। बड़े टाइम बाद व्लॉग बना रहे हां क्योंकि मैं इंडिया चल गया सीगा ते मेरे ताए दी जिहड़ी उहदी डैथ हो गई सीगी ते इस लई टाइम लग गया थोड़ा जिहा। ते हुण असीं कोशिश करांगे हौली हौली व्लॉग जल्दी ते जल्दी तुहाडे लई लै के आईए। ते हुण मैं आया सीगा पार्क ते उधर साडे नाल हरमन आया ते भरा मेरा, ते इधर बंबू घाट ते आया इह, ते इधर अहीं पार्क च आए हां घुम्मण। ढोलवाल मतलब पिंड दा नाम इंडिया, उत्थे गया सीगा मतलब पहली बार शायद गया सीगा, पहली बार हां पहली बार। बड़ा वधिया लग्या शायद नूं, उत्थे मैं व्लॉग नहीं बनाया, दिल ही नहीं कीता। ते हुण असीं हौली 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 हुण व्लॉग तुहाडे लई आउणे आ। हुण असीं इत्थे मजे करदे आ, तुहानूं विखाउणे आ ते मिलदे। तो गाइस इहनूं इत्थे झूटे दे रहे आ, इह तंग कर रहा सी थोड़ा जिहा। ਤੇ ਜਦੋਂ ਅਸੀਂ ਇੰਡੀਆ ਤੋਂ ਆ ਰਹੇ ਸੀਗੇ ਨਾ, ਉਦੋਂ ਮਤਲਬ ਹਨੇਰਾ ਪੂਰਾ ਸੀਗਾ ਤੇ ਉੱਤੇ ਬੱਦਲ ਕਾਲੇ ਐ ਨਾ, ਤੇ ਬਿਜਲੀ ਲਸ਼ਕਦੀ ਸੀਗੀ। ਉਦੋਂ ਮੈਨੂੰ ਲੱਗਾ ਜਹਾਜ਼ ਗਿਆ, ਪੂਰੇ ਪਟਾਕਿਆਂ ਦੀ ਆਵਾਜ਼ ਆਈ। ਉਹ ਤੁਸੀਂ ਵੀਡੀਓ ਦੇਖੋ, ਮੈਂ ਵੀਡੀਓ ਲਾਉਣਾ ਹੈ, ਵੇਖੋ ਤੇ ਬਾਅਦ ਚ ਮਿਲਦੇ। ਜਿਹੜੀ ਵੀਡੀਓ ਦੇਖੀ ਨਾ, ਇਹ ਜਾਂਦੀ ਵਕਤ ਸੀਗੇ, ਜਾਂਦੀ ਵਕਤ ਏਦਾਂ ਹੋਇਆ ਹੈਗਾ। ਮੈਨੂੰ ਲੱਗਾ ਜੀ ਬਸ ਜਹਾਜ਼ ਤੇ ਡਿੱਗੀ ਤੇ ਗਿਆ ਜਹਾਜ਼, ਤੇ ਜਦੋਂ ਆਉਂਦੀ ਹੋਏ ਜਦੋਂ ਅਸੀਂ ਵਾਪਸ ਆਉਣਾ ਸੀਗਾ ਉਦੋਂ ਬੱਦਲ ਸੀਗਾ, ਪੂਰਾ ਬੱਦਲ ਸੀਗਾ। ਤੋ ਗਾਈਸ ਹੁਣ ਤੁਸੀਂ ਦੇਖ ਸਕਦੇ ਹੋ, ਮੈਂ ਆਪਣੇ ਘਰ ਦੀ ਵੀ ਥੋੜੀ ਜੀ ਸ਼ੋਟ ਲੈ ਸੀਗੇ। ਉੱਥੇ ਮੈਂ ਬੋਲਿਆ ਸੀਗਾ ਵੋਇਸ ਜਿਹੜੀ ਮੈਂ ਮਿਊਟ ਕਰ ਦੂੰਗਾ, ਉੱਥੇ ਮਤਲਬ ਕੁਛ ਖਾਸ ਨਹੀਂ ਸੀਗਾ ਇੰਨਾ ਦੱਸਣ ਲਈ, ਤੇ ਉਹ ਤੁਸੀਂ ਬੈਕ ਸਾਈਡ ਤੇ ਘਰ ਤੁਸੀਂ ਦੇਖ ਸਕਦੇ ਹੋ। ਤੋ ਗਾਈਸ ਇੰਡੀਆ ਚ ਮੈਂ ਜਿੰਨਾ ਵੀ ਰਿਕਾਰਡ ਕੀਤਾ ਸੀਗਾ, ਮਤਲਬ ਥੋੜਾ ਬਹੁਤਾ ਜਿੱਥੇ ਅਸੀਂ ਮੱਥਾ ਟੇਕਣ ਗਏ ਸੀ ਗੁਰਦੁਆਰੇ, ਕਿੱਧਰ ਵੀ ਗਏ ਸੀਗੇ, ਉਹ ਤੁਸੀਂ ਦੇਖ ਸਕਦੇ ਹੋ ਪਹਿਲਾਂ, ਫਿਰ ਅਸੀਂ ਮਿਲਦੇ ਹਾਂ। ਗਾਈਸ ਹੁਣ ਅਸੀਂ ਪਹਿਲੀ ਲੋਕੇਸ਼ਨ ਤੇ ਮੱਥਾ ਟੇਕਣ ਆਏ ਹਾਂ ਸੁਧਾਨਾ ਸਰ, ਤੇ ਇੱਧਰ ਦੇਖ ਲਓ ਇੱਧਰ ਵੀ ਬਣਿਆ ਹੋਇਆ, ਤੇ ਹੁਣ ਅਸੀਂ ਇੱਧਰ ਅੰਦਰ ਮੱਥਾ ਟੇਕਦੇ ਹਾਂ ਤੇ ਤੁਹਾਨੂੰ ਮਿਲਦੇ ਹਾਂ। ਆਹ ਦੇਖ ਲਓ ਇੱਥੇ ਫਰੰਟ ਆ ਮੱਥਾ ਟੇਕਣ ਨੂੰ, ਤੇ ਇੱਧਰ ਤੁਹਾਨੂੰ ਘੁੰਮਾ ਕੇ ਵੀ ਵਿਖਾ ਦਿੰਦੇ ਹਾਂ ਥੋੜ੍ਹਾ ਜਿਹਾ। ਇੱਧਰਲੀ ਸਾਈਡ ਆਇਆ, ਲਾਈਟ ਚੱਲ ਗਈ, ਪਹਿਲਾਂ ਲਾਈਟਾਂ ਸੀਗੀਆਂ ਅੰਦਰ, ਅਸੀਂ ਮੱਥਾ ਟੇਕ ਕੇ ਹਟੇ ਹਾਂ। ਆਹ ਦੇਖ ਤੇ ਇੱਧਰ ਹਲੇ ਪੂਰਾ ਬਣਦਾ ਪਿਆ ਹੈ, ਆਹ ਦੇਖੋ। ਤੇ ਹੁਣ ਅਸੀਂ ਚੱਲਦੇ ਬਾਹਰ ਤੇ ਆਪਾਂ ਨੈਕਸਟ ਲੋਕੇਸ਼ਨ ਤੇ ਜਾਣਾ। ਗਾਈਸ ਹੁਣ ਅਸੀਂ ਆਏ ਹਾਂ ਬਾਬਾ ਕੇਸਰਦਾਸ, ਇੱਥੇ ਮੱਥਾ ਟੇਕਣ, ਤੇ ਇੱਥੇ ਹੁਣ ਅਸੀਂ ਮੱਥਾ ਟੇਕ, ਪਹਿਲੀ ਜਗ੍ਹਾ ਅਸੀਂ ਇੱਥੇ ਮੱਥਾ ਟੇਕਿਆ ਇੱਥੇ ਹੁਣ। ਗਾਈਸ ਤੇ ਅੰਦਰ ਅਸੀਂ ਇੱਥੇ ਮੱਥਾ ਟੇਕਿਆ, ਇੱਧਰ ਦੇ ਆਹ ਸੀਗੇ ਸੰਤ ਬਾਬਾ ਕੇਸਰਦਾਸ ਜੀ, ਤੇ ਇੱਧਰ ਤੁਸੀਂ ਦੇਖ ਸਕਦੇ ਹੋ ਫੋਟੋਆਂ, ਉੱਧਰ ਵੀ ਲੱਗੀਆਂ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦੀ, ਤੇ ਆ ਜਾਓ ਹੁਣ ਚੱਲਦੇ ਹਾਂ ਨੈਕਸਟ ਜਗ੍ਹਾ 'ਤੇ। ਹੁਣ ਅਸੀਂ ਆਏ ਹਾਂ ਖੇੜਾ ਸਾਹਿਬ ਗੁਰਦੁਆਰਾ, ਤੇ ਇੱਥੇ ਮੱਥਾ ਟੇਕਦੇ ਹਾਂ, ਤੁਹਾਨੂੰ ਮਿਲਦੇ ਹਾਂ। ਗੁਰਦੁਆਰਾ ਖੇੜਾ ਸਾਹਿਬ, ਹਾਂ ਕਹਿ ਇੱਧਰ ਦੇਖ, ਆ ਦੇ ਨਿਸ਼ਾਨ ਸਾਹਿਬ ਦੇ ਮੱਥੇ।
ਗਾਇਸ ਹੁਣ ਅਸੀਂ ਆਏ ਹਾਂ ਗਰਨਾ ਸਾਹਿਬ ਅਤੇ ਇੱਧਰ ਦੇਖ ਲਓ ਕਿੰਨਾ ਰਸ਼ ਆ ਗਿਆ। ਹੋ ਜਾਂਦੇ ਅੱਗੇ ਤੋਂ ਗਾਇਸ ਜਿੱਦਾਂ ਪਹਿਲਾਂ ਹਰ ਹਫ਼ਤੇ ਵੀਡੀਓ ਆਉਂਦੀ ਸੀਗੀ ਨਾ, ਹੁਣ ਅਸੀਂ ਟਰਾਈ ਕਰਾਂਗੇ ਹੌਲੀ ਹੌਲੀ ਵੀਡੀਓ ਆਵੇ। ਇੱਦਾਂ ਨਹੀਂ ਮਤਲਬ ਹੁਣ ਸਾਨੂੰ ਛੁੱਟੀਆਂ ਆ, ਇੱਦਾਂ ਨਹੀਂ ਅਸੀਂ ਕਹਿ ਸਕਦੇ ਕਿ ਮਤਲਬ ਕੱਲ੍ਹ ਨੂੰ ਵੀਡੀਓ ਆ ਜਾਵੇ। ਮਤਲਬ ਇੱਕ ਦੋ ਦਿਨ ਟਰਾਈ ਕਰਾਂਗੇ, ਇੱਕ ਦੋ ਦਿਨ ਛੱਡ ਕੇ ਵੀਡੀਓ ਆਵੇ ਜਾਂ ਹਫ਼ਤੇ ਦੇ ਹਫ਼ਤੇ ਇੱਕ ਵੀਡੀਓ ਆਵੇ ਅਤੇ ਅਸੀਂ ਟਰਾਈ ਕਰਾਂਗੇ ਤੁਹਾਨੂੰ ਪਹੁੰਚਾ ਦੇਣ। ਤੋ ਗਾਇਸ ਹੁਣ ਅਸੀਂ ਨਹਾ ਧੋ ਕੇ ਮਤਲਬ ਥੱਲਿਓਂ ਅਸੀਂ ਖੇਡ ਕੇ ਉੱਪਰ ਆ ਗਏ ਹਾਂ ਅਤੇ ਨਹਾ ਧੋ ਕੇ ਪੂਰਾ ਆਪਾਂ ਰੈਡੀ ਹੋ ਗਏ। ਹੁਣ ਰੋਟੀ ਪਾਣੀ ਖਾ ਕੇ ਅਤੇ ਫਿਰ ਅਸੀਂ ਸੌਣਾ ਅਤੇ ਇਸ ਬਲੌਗ ਨੂੰ ਅਸੀਂ ਇੱਥੇ ਐਂਡ ਕਰਦੇ ਹਾਂ। ਇੱਥੇ ਮਤਲਬ ਅਸੀਂ ਥੋੜ੍ਹਾ ਬਹੁਤਾ ਦੱਸਿਆ ਸਪੇਨ ਅਤੇ ਥੋੜ੍ਹੀਆਂ ਚੀਜ਼ਾਂ ਦੱਸੀਆਂ ਅਤੇ ਥੋੜ੍ਹੀਆਂ ਇੰਡੀਆ ਜੋ ਅਸੀਂ ਜਾ ਕੇ ਕੀਤਾ। ਅਤੇ ਹੁਣ ਜਿਹੜੇ ਬਲੌਗ ਆ ਉਹ ਤੁਹਾਨੂੰ ਹਫ਼ਤੇ ਦੇ ਹਫ਼ਤੇ ਦੇਖਣ ਨੂੰ ਮਿਲੂਗੇ, ਜਾਂ ਅਸੀਂ ਪਲੈਨਿੰਗ ਕਰ ਰਹੇ ਹਾਂ ਇੱਕ ਚੈਲੰਜ ਕਰਨ ਦੀ। ਉਹਦੀ ਪ੍ਰੀਪਰੇਸ਼ਨ ਜਿੱਦਾਂ ਵੀ ਅਸੀਂ ਕਰਾਂਗੇ ਉਹਦੀ ਵੀਡੀਓ ਤੁਹਾਨੂੰ ਪਹਿਲਾਂ ਦੇਖਣ ਨੂੰ ਮਿਲ ਜੂਗੀ ਅਤੇ ਬਾਕੀ ਚੈਲੰਜ ਦੀ ਵੀਡੀਓ ਬਾਅਦ 'ਚ ਆਊਗੀ। ਜੇ ਕੁਛ ਹੋਰ ਚੈਲੰਜ ਦੇ ਵਿੱਚ ਐਡ ਕਰਨਾ ਹੋਇਆ ਉਹ ਤੁਹਾਨੂੰ ਅਸੀਂ ਅਗਲੀ ਵੀਡੀਓ 'ਚ ਦੱਸ ਦਾਂਗੇ ਕੀ ਕਰਨਾ ਤੁਸੀਂ ਸਾਨੂੰ ਕਮੈਂਟਾਂ 'ਚ ਦੱਸਣਾ। ਪਰ ਅਸੀਂ ਚੈਲੰਜ ਬਾਰੇ ਕੀ ਸੋਚਿਆ ਉਹ ਤੁਹਾਨੂੰ ਅੱਗੇ ਦੱਸਾਂਗੇ ਜਦੋਂ ਅਸੀਂ ਚੈਲੰਜ ਕਰਨਾ ਹੋਇਆ। ਅਤੇ ਹੁਣ ਜਿਹੜੇ ਬਲੌਗ ਆ ਕੋਸ਼ਿਸ਼ ਕਰੂੰਗਾ ਹਫ਼ਤੇ ਤੋਂ ਹਫ਼ਤੇ ਇੱਕ ਬਲੌਗ ਜ਼ਰੂਰ ਆਵੇ ਤੁਹਾਡੇ ਲਈ। ਅਤੇ ਇਸ ਬਲੌਗ ਨੂੰ ਅਸੀਂ ਐਂਡ ਕਰਦੇ ਹਾਂ, ਉਮੀਦ ਕਰਦੇ ਹਾਂ ਵਧੀਆ ਲੱਗਾ ਹੋਊਗਾ। ਤੁਸੀਂ ਕਰਨਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਠੋਕ ਕੇ ਕਰ ਦਿਓ। ਅਤੇ ਚੱਲ ਫਿਰ ਹੁਣ ਬਾਏ ਕਰ ਦਿਓ। ਬਾਏ। ਹੁਣ ਮੇਰੀ ਵਾਰੀ। ਤੂੰ ਬੋਲਣਾ। ਚੱਲ ਬੋਲ। ਤਾਂ ਗਾਇਸ ਅਸੀਂ ਜਦੋਂ ਇੰਡੀਆ ਗਏ ਸੀਗੇ ਉੱਥੇ ਬਹੁਤ ਬਹੁਤ ਸਾਰੇ ਅੰਬ ਮਿਲੇ, ਅੰਬ ਖਾ ਕੇ ਜਹਾਜ਼ ਚੋਂ ਆਏ।